ਅੱਜ ਸੰਡੇ ਆ, ਸਵੇਰੇ ਦੇ ਇਸ ਟਾਈਮ 3:50 ਹੋ ਚੁੱਕੇ ਨੇ। ਹਾਂਜੀ ਗਾਇਸ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਬਲੌਗ ਦੇ ਵਿੱਚ। ਅਤੇ ਅੱਜ ਦੇ ਇਸ ਬਲੌਗ ਵਿੱਚ ਆਪਾਂ ਜਾ ਰਹੇ ਹਾਂ ਤਖ਼ਤ ਸ਼੍ਰੀ ਦਮਦਮਾ ਸਾਹਿਬ ਜੀ, ਤਲਵੰਡੀ ਸਾਬੋ। ਅਤੇ ਆਪਾਂ ਜਾਵਾਂਗੇ ਬਾਈਸਾਈਕਲ, ਅਤੇ ਮੇਰੇ ਨਾਲ ਜਾ ਰਿਹਾ ਮਨਦੀਪ ਸਿੰਘ, ਮੇਰੇ ਹੀ ਪਿੰਡ ਦਾ ਦੋਸਤ ਹੈ। ਪਹਿਲਾਂ ਸਾਡੀ ਪਲਟਨ ਦੀ ਕਤਾਰ ਕਾਫੀ ਲੰਬੀ ਹੁੰਦੀ ਸੀ, ਜਿਨ੍ਹਾਂ 'ਚੋਂ ਅੱਜ ਕੁਛ ਮਜਬੂਰੀਆਂ ਕਰਕੇ ਸਾਡੇ ਨਾਲ ਨਹੀਂ ਜਾ ਰਹੇ, ਅਤੇ ਅੱਜ ਅਸੀਂ ਸਿਰਫ ਦੋ ਹੀ ਜਾਣੇ ਹੈਗੇ। ਅਤੇ ਬਣੇ ਰਹੋ ਸਾਡੇ ਨਾਲ, ਅਤੇ ਤੁਹਾਨੂੰ ਦਰਸ਼ਨ ਕਰ ਰਹੇ ਹਾਂ ਤਖ਼ਤ ਸ਼੍ਰੀ ਦਮਦਮਾ ਸਾਹਿਬ ਜੀ। ਅਤੇ ਤੁਹਾਨੂੰ ਉੱਥੇ ਪਹੁੰਚ ਕੇ ਦੱਸਾਂਗੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਜੀ ਦਾ ਇਤਿਹਾਸ, ਅਤੇ ਨਾਲ ਹੀ ਤੁਹਾਨੂੰ ਦੱਸਾਂਗੇ ਸਾਨੂੰ ਕਿੰਨੀ ਦੂਰੀ ਅਸੀਂ ਤੈਅ ਕਰਕੇ ਗਏ ਹਾਂ, ਅਤੇ ਕਿੰਨਾ ਟਾਈਮ ਸਾਨੂੰ ਬਾਈਸਾਈਕਲ 'ਤੇ ਲੱਗਦਾ ਆ। ਤਾਂ ਬਲੌਗ ਨੂੰ ਪੂਰਾ ਦੇਖਿਓ, ਅਤੇ ਨਵੇਂ ਵੀਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਹਾਂਜੀ, ਇਸ ਵਕਤ ਅਸੀਂ ਖੜ੍ਹੇ ਹਾਂ ਆਪਣੇ ਪਿੰਡ ਤੋਂ ਬਾਰ ਬਾਰ ਮੇਨ ਰੋਡ ਦੇ ਉੱਤੇ, ਅਤੇ ਮਨਦੀਪ ਮੈਨੂੰ ਮਿਲ ਗਿਆ ਮੇਰੇ ਨਾਲ ਇਸ ਵਾਰ, ਅਤੇ ਗੱਡੀਆਂ ਸਾਡੀਆਂ ਰੈਡੀ ਟੂ ਗੋ ਆ, ਅਤੇ ਹੁਣ ਤੁਹਾਨੂੰ ਮਿਲਦੇ ਹਾਂ ਅਸੀਂ ਅੱਗੇ। ਹਾਂਜੀ, ਆਪਣੀ ਐਂਟਰੀ ਹੋ ਚੁੱਕੀ ਆ ਤਲਵੰਡੀ ਸਾਬੋ ਵਿਖੇ, ਅਤੇ ਆਪਾਂ ਪਿੰਡ ਤੋਂ ਲੈ ਕੇ ਇੱਥੋਂ ਤੱਕ 25 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਆ, ਜਿਹੜੀ ਕਿ 1 ਘੰਟੇ 'ਚ ਵਿਚਦੀ। ਅਸੀਂ ਰਸਤੇ 'ਚ 5 ਤੋਂ 10 ਕੁ ਮਿੰਟ ਦਾ ਵਾਟਰ ਬ੍ਰੇਕ ਲਿਆ ਸੀ, ਅਤੇ ਚਲੋ ਅੱਗੇ ਤੁਹਾਨੂੰ ਦਰਸ਼ਨ ਕਰਵਾਉਣੇ ਆ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ, ਬਣੇ ਰਹੋ ਸਾਡੇ ਨਾਲ। ਜੀ, ਅਸੀਂ ਐਂਟਰ ਹੋਣ ਲੱਗੇ ਹਾਂ ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ, ਅਤੇ ਸਾਹਮਣੇ ਆ ਸ਼੍ਰੀ ਡਿਓੜੀ ਸਾਹਿਬ ਜੀ। ਗੱਡੀ ਨੂੰ ਲੌਕ ਲਾ ਦਈਏ, ਸਾਡੇ ਕੋਲ ਲੌਕ ਇੱਕੋ ਆ, ਤਾਂ ਦੋਨਾਂ ਸਾਈਕਲਾਂ ਨੂੰ ਅਸੀਂ ਲੌਕ ਜੋੜ ਕੇ ਲਾ ਰਹੇ ਹਾਂ। ਐਕਚੁਲੀ ਇਸ ਇੱਕ ਲੌਕ ਦੀ ਸਾਡੇ ਕੋਲ ਚਾਬੀ ਨਹੀਂ ਹੈਗੀ ਆ। ਆਪਾਂ ਇਸ ਵੇਲੇ ਮੌਜੂਦ ਹਾਂ ਤਖ਼ਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ, ਅਤੇ ਸਿੱਖ ਪੰਥ ਦਾ ਚੌਥਾ ਮਹਾਨ ਤਖ਼ਤ ਹੈ। ਅਤੇ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ, ਸ਼੍ਰੀ ਅਨੰਦਪੁਰ ਸਾਹਿਬ ਜੀ ਦਾ ਕਿਲ੍ਹਾ ਫਤਿਹ ਕਰਨ ਤੋਂ ਬਾਅਦ ਮਾਛੀਵਾੜੇ ਦੇ ਜੰਗਲਾਂ ਵਿੱਚ ਦੀ ਹੁੰਦੇ ਹੋਏ ਸ਼੍ਰੀ ਮੁਕਤਸਰ ਸਾਹਿਬ ਜੀ ਜੰਗ ਫਤਿਹ ਕੀਤੀ ਉਹਨਾਂ ਨੇ, ਅਤੇ ਉਸ ਤੋਂ ਬਾਅਦ ਦੱਖਣ ਵੱਲ ਕੂਚ ਕਰ ਰਹੇ ਸੀ ਗੁਰੂ ਜੀ। ਅਤੇ ਇੱਥੇ ਉਹਨਾਂ ਨੂੰ ਰਸਤੇ 'ਚ ਚੌਧਰੀ ਡੱਲਾ ਮਿਲਿਆ, ਅਤੇ ਜਿਸ ਨੇ ਗੁਰੂ ਜੀ ਨੂੰ ਇੱਥੇ ਉੱਚੀ ਥਾਂ 'ਤੇ ਰੈਸਟ ਕਰਨ ਲਈ ਬੋਲਿਆ, ਤਾਂ ਗੁਰੂ ਜੀ ਇੱਥੇ ਸੰਘਣੇ ਦਰੱਖਤਾਂ ਦੇ ਝੁੰਡ ਵੇਖੇ ਉਹਨਾਂ ਨੇ ਇੱਥੇ ਦਾਮ ਲਿਆ, ਅਤੇ ਆਪਣਾ ਜੰਗ ਵਾਲਾ ਕਮਰਕਸ਼ਾ ਖੋਲ੍ਹਿਆ। ਅਤੇ ਕਮਰਕਸ਼ ਖੋਲ੍ਹਣ ਤੋਂ ਬਾਅਦ ਉਹਨਾਂ ਨੇ ਦਾਮ ਲੈਣ ਤੋਂ ਬਾਅਦ ਇਸ ਪਵਿੱਤਰ ਧਰਤੀ ਦਾ ਨਾਂ ਤਖ਼ਤ ਸ਼੍ਰੀ ਦਮਦਮਾ ਸਾਹਿਬ ਪਿਆ। ਅਤੇ ਇੱਥੇ ਗੁਰੂ ਜੀ ਨੇ 9 ਮਹੀਨੇ 9 ਪਹਿਰ ਅਤੇ 9 ਘੜੀਆਂ ਬਤੀਤ ਕੀਤੀਆਂ ਸਨ। ਉਸ ਤੋਂ ਬਾਅਦ ਗੁਰੂ ਜੀ ਦੱਖਣ ਵੱਲ ਕੂਚ ਕਰ ਗਏ ਸੀ। ਇੱਥੇ ਤਖ਼ਤ ਦੇ ਲੈਫਟ ਸਾਈਡ 'ਤੇ ਦੂਰੋਂ ਨੇੜੇ ਪਹੁੰਚੇ ਹੋਏ ਸੰਗਤਾਂ ਦੇ ਰੈਸਟ ਕਰਨ ਲਈ ਗੱਦੇ ਹੈਗੇ ਨੇ, ਉੱਪਰ ਪੱਖੇ ਹੋਏ ਲੱਗੇ ਨੇ, ਤਾਂ ਕਿ ਸੰਗਤ ਦੂਰੋਂ ਪਹੁੰਚੀ ਹੋਈ ਸੰਗਤ ਇੱਥੇ ਥੋੜ੍ਹਾ ਵਿਸ਼ਰਾਮ ਕਰ ਸਕੀ।
हाँ जी, ये है जी गुरुद्वारा श्री लिखणसर साहब जी, जिथे बैठ के गुरु साहब जी ने दमदमी बीड़ बाणी संपूर्ण की सी। तो इस दौरान गुरु जी ने जो भी कलमा वरतियाँ, जिहड़ी कलम घस जाती सी उन्होंने दोबारा घड़िया नहीं जाता, या दोबारा वरत्या नहीं जाता सी। तो बाणी संपूर्ण होने तो बाद गुरु जी ने जो भी स्याही और कलमा सामभ के रखिया सी उन्होंने इत्थे सरोवर साहब विखे प्रवाह कर दिता सी। उस तो बाद नाल ही वर दिता जो भी संगत इत्थे आके पैंती लिखेगी तो उन्होंने ज्ञान की प्राप्ति होगी। संगत जी आप दर्शन कर ले ते नाले तुहानू भी दर्शन करवाते, हुण साडी वापसी की तैयारी आ। तां मिलदे हुण नैक्सट ब्लॉग च, ते नवें वीर चैनल सबसक्राइब जरूर करो, तो वीडियो लाइक करते जायो, तो नाल ही कमेंट करके दस्यो कि तुहानू वीडियो किवें दी लगी।